ਓਏ ਸਾਲਾ ਕਿੱਡਾ ਕ ਲੱਗਦਾ ਇਹਦੇ ਮੂਰੇ। ਫਿਰ ਕਹਿੰਦੇ ਲੋਹੜੀ ਵਾਲਾ ਓਹੀ ਉਹ ਥੋਡੀ ਓਏ ਉੱਤੇ ਖੜਾ ਕਿੰਨਾ ਬੰਬ ਲੱਗਦਾ ਉੱਡਦਾ ਕਿੰਨਾ ਲੱਗੂ ਕਰਤਾ ਕੰਮ। ਫਿਰ ਇਸ ਹਿਸਾਬ ਨਾਲ 12 ਫੁੱਟ ਵਾਲਾ ਵੀ ਉੱਡ ਜੂ ਆਰਾਮ ਨਾਲ। ਓਹ ਕਿਆ ਬਾਤਾਂ ਨੇ ਭੂਤੀਆ ਡਿਜ਼ਾਈਨ ਦਿਖਾਵਾਂਗੇ ਕੱਲ ਕੀ ਆਪਾਂ ਸ਼ੋਪਿੰਗ ਕਰਕੇ ਲੈ ਕੇ ਆਏ ਆ। ਇੱਕ ਵਾਰ ਜਰਾ ਕੁ ਖੜਾ ਕਰਕੇ ਦਿਖਾ ਦੇ ਯਾਰ ਕਿੱਡੇ ਕੁ ਸਾਈਜ਼ ਨੇ ਪਤੰਗ ਦੇ। ਆਪਾਂ ਕੱਲ 8 ਫੁੱਟ ਵਾਲੇ ਡਿਜ਼ਾਈਨ ਦਿਖਾਉਂਦੇ ਆ। ਇੱਕ ਵਾਰ ਖੜਾ ਕਰਕੇ ਸਾਈਜ਼ ਦਿਖਾਈ ਜਿਹੜੀ ਆ ਪਰੀਆਂ ਜੀਆਂ ਨੇ ਰੱਸੀਆਂ ਬੰਨ ਬੰਨ ਡੋਰਾਂ ਬੰਨ ਬੰਨ ਉੱਪਰ ਲੈ ਕੇ ਆਉਣੇ ਪਏ ਸੀ। ਕਰੀਏ ਇਹਨੂੰ ਖੜਾ ਓਏ ਡਿਜ਼ਾਈਨ ਲਗਾਉਣਾ ਹੈ ਕਿੰਨਾ ਦੇਖੋ ਓਏ ਸਾਲਾ ਕਿੱਡਾ ਕ ਲੱਗਦਾ ਮੂਰੇ ਕਿੱਡੀ ਮੱਛੀ ਆ ਯਾਰ ਹਾਲਤ ਬਾਲੀ ਬੇਕਾਰ ਹੋਈ ਪਈ ਆ। ਠੀਕ ਆ ਪਤੰਗ ਲੈ ਕੇ ਆਏ ਆ ਕੱਲ ਐਤਵਾਰ ਦਾ ਦਿਨ ਆ ਉਦੋਂ ਡਾਉਣ ਦੇ ਲਈ। ਕੱਲ ਐਤਵਾਰ ਗੁਰਸੇਵਕ ਦੇ ਘਰ ਇਹਨਾਂ ਨੂੰ ਅੱਜ ਹੀ ਲੈ ਜਾਵਾਂਗੇ ਰਾਤ ਨੂੰ ਕਿਉਂਕਿ ਦੁਪਹਿਰੇ ਨਹੀਂ ਲੈ ਕੇ ਜਾ ਸਕਦੇ ਬਹੁਤ ਜਾਮ ਹੁੰਦਾ ਤੇ ਇਹਨਾਂ ਨੂੰ ਲੈ ਕੇ ਜਾਣਾ ਇੰਨਾ ਸੌਖਾ ਨਹੀਂ। ਹੋ ਸਕਦਾ ਰਾਤ ਨੂੰ 10 ਵਜੇ ਉੱਧਰ ਪਹੁੰਚਾ ਦਾਂਗੇ ਤਾਂ ਕੱਲ ਐਤਵਾਰ ਦਾ ਜਿਹੜਾ ਵਲੋਗ ਆਊ ਉਹ ਬਹੁਤ ਜ਼ਬਰਦਸਤ ਹੋਊਗਾ। ਇਹਨਾਂ ਨੂੰ ਉਡਾਵਾਂਗੇ ਵੀ ਅਤੇ ਫਿਲਹਾਲ ਇਹਨਾਂ ਦੀ ਡਾਕਟਰੀ ਕਰ ਲਈਏ ਜਿਹੜੇ ਪਾੜ ਗਏ ਸੀ ਕਿਉਂਕਿ ਹੁਣ ਤੁਹਾਨੂੰ ਪੱਟੇ ਹੋਏ ਦਿਖਾਵਾਂਗੇ ਨਜ਼ਾਰਾ ਨਹੀਂ ਆਉਣਾ। ਕਾਰੀਗਰ ਸਾਹਿਬ ਜੋੜਨਗੇ ਇਹਨੂੰ ਪਤੰਗ ਬਣਾ ਸਕਦੇ ਹਾਂ ਤਾਂ ਜੋੜ ਵੀ ਸਕਦੇ ਹਾਂ ਅਤੇ ਪੂਰਾ ਪਤੰਗ ਬਣਾ ਕੇ ਅਸੀਂ ਤਿਆਰ ਕਰ ਸਕਦੇ ਹਾਂ ਜੋੜਨ। ਮੇਰੇ ਬੂਟ ਦੇ ਛਾਪੇ ਪੈ ਗਏ ਹੋਏ ਪ੍ਰਿੰਟਡ ਵੱਡੀ ਵੱਡੀਆਂ ਟੇਪੀਆਂ ਤੋੜ ਲੈਣੀਆਂ ਸੀ। ਅੱਧੀ ਕਿਉਂ ਕਰਦਾ ਪੂਰੀ ਲਾ ਦੇ ਮੋਟੀ ਟੈਂਸ਼ਨ ਹੋ ਜਾਂਦੀ ਆ। ਦੇਖੋ ਕਿਵੇਂ ਸਾਰਾ ਨਕਸ਼ਾ ਹੀ ਬਣਿਆ ਪਿਆ ਇੱਧਰੋਂ ਐਂ 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 ਕਿਵੇਂ ਪਾੜ ਗਏ। ਲਓ ਫਿਰ ਕਹਿੰਦੇ ਲੋਹੜੀ ਵਾਲਾ ਸਪੈਸ਼ਲ ਲੋਹੜੀ ਵਾਲਾ ਸਾਲਿਆ ਪੁਰਾਣਾ ਕਰਤਾ ਮਿੱਟੀ ਲਾ ਕੇ ਘੈਂਟ ਨਾ ਬੰਬਾ ਪੂਰਾ ਐਨ ਆਏ ਹਾਏ ਹਾਏ ਚਾਦਰ ਹੀ ਲੱਗਦੀ ਹੈ ਬਾਬੇ ਉੱਡਦੀ ਤਾਂ ਓਏ ਪੂਰਾ ਘਾਤਕ ਲੱਗਦਾ ਤੇਰੀ ਆਈਡੀਆ ਨਾ ਪਬਜੀ ਚ ਘਾਤਕ ਬਾਈ ਉਹੀ ਉਹ ਥੋਡੀ ਓਏ ਉੱਤੇ ਖੜਾ ਕਿੰਨਾ ਬੰਬ ਲੱਗਦਾ ਉੱਡਦਾ ਕਿੰਨਾ ਲੱਗੂ ਅੱਗ ਲਾਣਗੇ ਤਾਂ ਅੱਗ ਪੂਰੀ ਖੜਾ ਨਾ ਕਰ ਲੰਬਾ ਹੀ ਪਾ ਦੇ ਜੇ ਥੱਲੇ ਡਿੱਪਿਆ ਨਾ ਪੜ ਜਾਣਾ ਯਾਰ ਇਹਨੇ ਦੁਬਾਰਾ। ਚੱਲ ਚਲੋ ਯਾਰ ਹੁਣ ਆਪਾਂ ਅਗਲਾ ਚੱਕਦੇ ਹਾਂ ਨਾਲ ਦੀ ਨਾਲ ਜੋੜਦੇ ਹਾਂ ਤੇ ਨਾਲ ਦੀ ਨਾਲ ਤੁਹਾਨੂੰ ਡਿਜ਼ਾਈਨ ਦਿਖਾਈ ਜਾਵਾਂਗੇ ਇੱਕ ਇੱਕ ਕਰਕੇ। ਦੇਖੋ ਯਾਰ ਕਿੰਨੀ ਖਰਾਬ ਇੱਧਰੋਂ ਵੀ ਫਟ ਗਿਆ ਤੇ ਇੱਧਰੋਂ ਵੀ ਪੜ ਗਿਆ ਤੇ ਆ ਵਿੱਚ ਆ ਨਹੀਂ ਦਿਖਾਇਆ ਆ ਦੇਖੋ ਦਿਖਾ ਦਿਖਾ ਚੱਕ ਦੇ ਓਏ ਯਾਰ ਘੈਂਟਾ ਘੈਂਟਾ ਪੂਰਾ ਦਿਲ ਵਾਲਾ ਆਜੇ ਇਹਨੂੰ ਉਡਾਉਂਦੇ ਆਪਾਂ ਓਏ ਓਏ ਨਾ ਰਹਿਣ ਦੇ ਤਿੱਲਾ ਟੁੱਟ ਜੂ ਕਰ ਲਾ ਥੱਲੀ ਕਰ ਲਾ ਆਜਾ ਉਡਾਉਂਦੇ ਆ ਚੱਲ ਚੱਲ ਲਓ ਯਾਰ ਇਹਨੂੰ ਹੁਣ ਆਪਾਂ ਉਡਾਵਾਂਗੇ। ਬਾਕੀ 2-4 ਹੋਰ ਜੋੜਨੇ ਰਹਿੰਦੇ ਉਹਨਾਂ ਦੇ ਵੀ ਡਿਜ਼ਾਈਨ ਦਿਖਾਵਾਂਗੇ ਸਬਰ ਕਰੋ ਇੱਕ ਵਾਰ ਇਹ ਤੁਹਾਨੂੰ ਉਡਾ ਕੇ ਦਿਖਾਉਂਦੇ ਹਾਂ ਬਾਕੀ ਚੱਜ ਨਾਲ ਉਡਾਵਾਂਗੇ ਅਗਲੇ ਵਲੌਗ ਦੇ ਵਿੱਚ ਜਦ ਸਾਰਾ ਮਾਹੌਲ ਬਣਿਆ ਹੋਊਗਾ ਇਹਦੇ ਨਾਲ ਡਾਵਾਂਗੇ ਆਪਾਂ ਆਪਣੀ ਜਿਹੜੀ ਮੋਨੋ ਗੋਸਕਾਈ ਪਤਾ ਨਹੀਂ ਮੋਨੋਗਾਈਟ ਜਿਹੜੀ ਕੋਟਨ ਵਾਲੀ ਆ
ਚਾਈਨੀਜ਼ ਨਾਲ ਨਹੀਂ ਕੋਟਨ ਵਾਲੀ ਨਾਲ ਪਤੰਗ ਤਾਂ ਲੈ ਆਉਂਦਾ ਸੱਜਣਾ ਬਾਕੀ ਅੰਮ੍ਰਿਤਸਰ ਤੋਂ ਜਿਹੜੇ 12 ਫੁੱਟ ਵਾਲੇ ਆਉਣੇ ਆ ਉਹ ਚੜਾ ਕੇ ਹੋਰ ਨਜ਼ਾਰਾ ਉਹ ਲੋਹੜੀ 'ਤੇ ਹੀ ਆਉਣਗੇ ਬਈ ਜਿਹੜੇ 12 ਫੁੱਟ ਵਾਲੇ ਆ ਔਡਰ ਦਿੱਤਾ ਹੋਇਆ ਲੋਹੜੀ 'ਤੇ ਲੈ ਆਉਣੇ ਆ 6 ਪਤੰਗ ਬਣਵਾਏ ਆ 12 ਫੁੱਟ ਵਾਲੇ ਅੱਜ ਮੈਂ ਡਾ ਕੇ ਦੇਖੀ ਫਿਰ ਤਾਂ ਉੱਡ ਗਿਆ ਉੱਡੂ ਅਦਲ ਬ੍ਰੋ ਕੰਨੀ ਦੇ ਕੰਨਾ ਦੇ ਬੱਬੇ ਮੈਂ ਫੜ ਲੈਂਦਾ ਡੋਰ ਐਸੇ ਨਹੀਂ ਐਸੇ ਨਾ ਨਾ ਐਸੇ ਹੀ ਮੈਨੇ ਆਪਕੋ ਕਹਾ ਨਾ ਲਓ ਬਈ ਤਿਆਰੀਆਂ ਫੁੱਲ ਫਿਰ ਡਾਉਣ ਦੀਆਂ ਥੋੜਾ ਦੇਖ ਕਰ ਕੱਲ ਨਜ਼ਾਰਾ ਆਊ ਨਾ ਵੈਸੇ ਜੇ ਸਾਰੇ ਹੋਣਗੇ ਸਾਰੇ ਡਾ ਦੇਣੇ ਆ ਕੱਲ ਘੈਂਟ ਵਲੌਗ ਲੈ ਕੇ ਆਵਾਂਗੇ ਕੱਲ ਦਾ ਫੜ ਲਾ ਤੂੰ ਧਿਆਨ ਨਾਲ ਟੁੱਟ ਜੂ ਦੇਖ ਉਹ ਕਰ ਪਾੜਤਾ ਕਰਤਾ ਕੰਮ ਹੁਣ ਇਹਨੂੰ ਫਿਰ ਜੋੜੋ ਦੜ ਗਿਆ ਅੱਧਾ ਫਿਰ ਤੋਂ ਜਾਊ ਜਾਊ ਚੱਲ ਖਿੱਚ 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 ਕੈਂਟਾ ਟਕਾ 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 ਫਿਰ ਇਸ ਹਿਸਾਬ ਨਾਲ 12 ਫੁੱਟ ਵਾਲਾ ਵੀ ਉੱਡ ਜੂ ਆਰਾਮ ਨਾਲ ਪਾਸੇ ਗੱਲ ਓਏ ਉਹ ਦਾਦੇ ਦੁੱਦੇ ਵੀ ਲਿਆ ਤੂੰ ਅੱਗੇ ਖੜ ਜਾ ਖੜ ਜਾ ਦੇਖੋ ਯਾਰ ਕਿੰਨਾ ਪਰਫੈਕਟ ਬਣਿਆ ਹੋਇਆ ਕੋਈ ਦਿੱਕਤ ਨਹੀਂ ਆ ਰਹੀ ਉੱਡਣ ਦੀ ਆ ਕਿਵੇਂ ਢਿੱਲ ਦਿੰਦਾ ਬੰਦਿਆਂ ਘੂਡਾ ਲਾ ਹੈਵੀ ਆ ਨਹੀਂ ਹੈਵੀ ਤਾਂ ਠੀਕ ਆ ਪਰ ਓਏ ਉਡਾਇਆ ਆਪਾਂ ਇਹਦੇ ਨਾਲ ਹੀ ਆ ਬਈ ਦੇਖ ਲਓ ਟਕਾ 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 ਬਰੋ ਬਾਬੇ ਨਿਆਰਾ ਆਉਂਦਾ ਹੈ ਭੂਤੀ ਚੜ੍ਹਦੀ ਲਾ ਦਿਓ ਪਾਸੇ ਕਰ ਓਏ ਅਸਲੀਅਤ ਚ ਬਈ ਤੁਹਾਨੂੰ ਕੈਮਰੇ ਦਾ ਪਤਾ ਨਹੀਂ ਅਸਲੀਅਤ ਚ ਬਹੁਤ ਡਰਾਵਨਾ ਸਹੀ ਗੱਲ ਜਾਣ ਦੇ ਢਿੱਲੇ ਜਾਣ ਦੇ ਵਧਾ ਲਾਓ ਇਹ ਫੇਰ ਨਹੀਂ ਇਹ ਲੱਗਣ ਦਿੰਦਾ ਲਵੇ ਕਿਸੇ ਨੂੰ ਬਹੁਤ ਮਤਲਬ ਕਿ ਖਿੱਚ ਰਿਹਾ ਇਹ ਤਾਂ ਜਿਵੇਂ ਜਿਵੇਂ ਹਵਾ 'ਚ ਇਹਨੇ ਲੱਗ ਗਿਆ ਨਾ ਬਸ ਐਂ ਲਾ ਲਾ ਵੀ ਇਹੀ ਚਾਈਨਾ ਡੋਰ ਆ ਦਿਖਾਈ ਮਾੜਾ ਓਏ ਕਿੰਨਾ ਹੈਵੀ ਹੋ ਗਿਆ ਕੈਂਡਾ ਪੂਰਾ ਭੂਤ ਹੀ ਲੱਗਦਾ ਪਿਆ ਹੜਦੇ ਜਾਣ ਦੇ ਵਾ ਹੁਣ ਤਾਂ ਸਵਾਦ ਜਾ ਨੀ ਆਉਣਾ ਓਹ ਕਿਆ ਬਾਤਾਂ ਨੇ ਕਹਿੰਦੇ ਇੰਡੀਅਨ ਮਾਂਜਾ ਤੇ ਉੱਤੇ ਆਉਂਦਾ ਕੀ ਲੱਗਦਾ ਭੂਤੀਆ ਓਏ ਭੂਤੀਆ ਡਰਾਉਂਦਾ ਬਈ ਉਹ ਆਂਦਾ ਉਹਦੇ ਵਾਲਾ ਤੂੰ ਲਾ ਲਾ ਬਹੁਤ ਮੈਂ ਕਹਿੰਦਾ ਤਾਰ ਲਾ ਘੁੰਮਦਾ ਨਾ ਮਿੱਤਰਾ ਤਾਰ ਲਾ ਹਾਂ ਤਾਰ ਲਾ ਆਓ ਕੱਲ ਡਾਵਾਂਗੇ ਹਾਂ ਕੱਲ ਬਸ ਹੁਣ ਇੱਕ ਪੇਚਾ ਦਿਖਾਤਾ ਤੁਹਾਨੂੰ ਬਾਈ ਉਡਾ ਕੇ ਵੀ 8 ਫੁੱਟ ਵਾਲਾ ਸਾਡਾ ਉੱਡ ਗਿਆ ਕਿੱਡਾ ਲਾਦਾ ਨਾ ਦੇਖਦਾ ਜੀ ਦੇਖਦਾ ਉਹਨੂੰ ਕਿੱਡਾ ਲਾਦਾ ਨਜ਼ਾਰਾ ਆ ਲੋਹੜੀ ਤੇ ਵੀ ਲੋਹੜੀ ਪਿਓਆਂ ਦੀ ਲੋਹੜੀ ਤੇ ਕੇ ਰੱਖਣਾ ਉਹਨੇ ਲਓ ਯਾਰ ਤੁਹਾਨੂੰ ਹੁਣ ਬਾਕੀ ਦੇ ਡਿਜ਼ਾਈਨ ਆਪਾਂ ਦਿਖਾਉਂਦੇ ਹਾਂ ਕਿਹੜੇ ਕਿਹੜੇ ਡਿਜ਼ਾਈਨ ਰਹਿ ਗਏ ਨੇ ਅਤੇ ਆਹ ਡਾਕੇ ਦਾ ਬਹੁਤ ਹੀ ਮਜ਼ਾ ਆਇਆ ਇੱਕ ਮੈਂ ਤੁਹਾਨੂੰ ਦਿਖਾਉਂਦਾ ਕਿਸੇ ਨੇ ਨਾ ਫੜ ਲਿਆ ਉਹ ਦੇਖੋ ਉਹ ਵੱਡਿਆ ਟੁੱਟ ਗਿਆ ਜੀ ਸੋਰੀ ਕਿਸੇ ਨੇ ਫੜ ਲਿਆ ਮਜ਼ਬੂਤ ਡੋਰ ਨਾਲ ਇਹਨੂੰ ਡਾਲਾ ਮਗਰੋਂ ਪਤਾ ਤਾਂ ਲੱਗ ਹੀ ਗਿਆ ਹੁਣ ਉਹ ਸਾਫ਼ ਸੁਥਰਾ ਪਿਆ ਬਾਬੇ ਜਮੀ ਸਾਫ਼ ਸੁਥਰਾ ਇਹ ਪੀਸ ਸਾਡਾ ਪਾੜਿਆ ਨਹੀਂ ਸੀ ਪੂਰਾ ਜ਼ਹਿਰ ਆ ਪੂਰਾ ਬਹੁਤ ਘੈਂਟ ਪਤੰਗ ਆ ਬਹੁਤ ਘੈਂਟ ਚਿੱਟਾ ਪਿਆ ਪੂਰਾ ਆਹ ਹੋ ਗਏ ਸਾਡੇ 2 ਡਿਜ਼ਾਈਨ ਆ ਇੱਕ ਨਾ ਮੈਂ ਹੁਣ 6 ਫੁੱਟੇ ਵਾਲੇ ਦਿਖਾਤੇ ਮਾੜੇ ਕੇ ਵਿੱਚ ਆਹ ਬਲੌਗ ਦੇ ਆ ਗਏ ਹੁਣ ਆਹੀ ਦਿਖਾਉਣਾ ਤੁਹਾਨੂੰ
ਆ ਆਪਣਾ 6 ਫੁੱਟ ਵਾਲੇ ਦਾ ਪਹਿਲਾ ਡਿਜ਼ਾਈਨ ਯਾਰ ਚੈੱਕ ਕਰੋ 2024 ਵਾਲਾ ਇਹ ਨਵੇਂ ਸਾਲ ਨੂੰ ਉਡਾਵਾਂਗੇ ਕੈਂਡ ਰੰਗ ਹਾਂ ਪੂਰਾ ਠੀਕ ਆ ਹਾਂ ਪੂੰਛ ਕਿੱਡੀ ਆ ਐ ਬਣਦੇ ਆ ਸੱਜ ਅਸਲੀ ਉਹਨਾਂ ਦਾ ਨਾਪ ਲੈ ਕੇ ਰੱਖ ਲੈਂਦੇ ਪਹਿਲਾਂ ਆਪਾਂ ਇਹਨਾਂ ਦਾ ਥੱਲੇ ਤੋੜ ਲੈਂਦੇ ਆ ਅਗਲਾ ਡਿਜ਼ਾਈਨ ਲਓ ਜੀ ਅਗਲਾ ਡਿਜ਼ਾਈਨ ਆਪਣਾ 6 ਫੁੱਟ ਪਤੰਗਾਂ ਦਾ ਠੀਕ ਹੈ ਨਾ ਕੈਂਟਾ ਇਹ ਵੀ ਪੂਰਾ ਐਂਡ ਲੈਵਲ ਹਾਂ ਹਾਂ ਐਂਡ ਲੈਵਲ ਇਹ ਮੈਨੂੰ ਗੁਲਾਬੀ ਲੱਗਿਆ ਹੈ ਚੱਟਾ ਲਓ ਜੀ ਅਗਲਾ ਪਾਕਿਸਤਾਨੀ ਡਿਜ਼ਾਈਨ ਜ਼ਹਿਰਾ ਰੁਪਈਆ ਬਹੁਤ ਲਾਤਾ ਲਾਈਕ ਸ਼ੇਅਰ ਕਰ ਦਿਓ ਠੀਕ ਆ ਬਹੁਤ ਅੱਕੇ ਜਿਹੜੇ ਇਹ ਵੱਧ ਵੜਕਦੇ ਸੀ ਇਹੀ ਸਾਲ ਤੇ ਇਹੀ ਹਿਸਾਬ ਤੇ ਰਹਿ ਗਏ ਮੱਛੀਆਂ ਪਾੜ ਗਈਆਂ ਸਬਸਕ੍ਰਾਈਬਰਾਂ ਲਈ ਇਹ ਤੁਹਾਡੇ ਲਈ ਸਾਰਿਆਂ ਲਈ ਲੈ ਕੇ ਆਏ ਬ੍ਰੋਕਨ ਬੰਬਿਆ ਪੂਰਾ ਆ ਹੋ ਗਏ ਆਪਣੇ ਸਾਰੇ ਜਿਹੜੇ ਵੀ 6 ਫੁੱਟ ਵਾਲੇ ਦੇ ਵਿੱਚ ਡਿਜ਼ਾਈਨ ਸੀਗੇ ਦੇਖ ਲਏ ਹੋਣੇ ਆ ਤੁਸੀਂ ਸਾਰੇ ਹੁਣ ਲਓ ਵੀ ਸੱਜਣ ਹੁਣ ਆਪਾਂ ਅਗਲਾ ਡਿਜ਼ਾਈਨ ਜੋੜਦੇ ਹਾਂ ਉਰੋਂ ਪਤਾ ਅੰਦਾਜ਼ਾ ਨਾ ਲਓ ਕੁਛ ਅਲੱਗ ਹੀ ਨਿਕਲੂਗਾ ਇਹ ਘੱਟ ਫੱਟੀ ਆ ਨਾ ਇਹ ਘੱਟ ਹੀ ਆ ਉਰੇ ਮਾੜੀ ਮੋਟੀ ਫੱਟੀ ਆ ਉਰੇ ਤਾਂ ਟੇਪ ਲੱਗ ਜੂਗੀ ਫਿਰ ਇਹਦਾ ਵੀ ਡਿਜ਼ਾਈਨ ਤੁਹਾਨੂੰ ਦਿਖਾਉਂਦੇ ਹਾਂ ਕਰਦੇ ਕਰਦੇ ਚੈੱਕ ਕਰੋ ਫਿਰ ਮਿੱਤਰੋਂ ਡਿਜ਼ਾਈਨ ਚੈੱਕ ਕਰੋ ਏ ਹਲੀ ਯਾਰ ਲਾਈਟ ਪੈਂਦੀ ਆ ਲਿਸ਼ਕਦਾ ਹੀ ਆ ਡਰਾਉਣਾ ਹੀ ਲੱਗੂ ਇਹ ਵੀ ਬਾਈ ਉੱਡਦਾ ਪੂਰੀ ਐਨ ਘੈਂਟ ਹੈਗੇ ਸਿੰਪਲ ਹੀ ਨੇ ਬਟ ਸਿੰਪਲ ਚੀਜ਼ ਹੀ ਵਧੀਆ ਲੱਗਦੀ ਆ ਬਹੁਤਾ ਤਾਂ ਘਰੇ ਪ੍ਰਿੰਟ ਅਸੀਂ ਛਾਪ ਦਾਂਗੇ ਪ੍ਰਿੰਟਰ ਚੋਂ ਕੱਢ ਕੱਢ ਹਾਂ ਕੀ ਆ ਬਾਈ ਬਸ ਮੇਰੇ ਪਤੰਗ ਨੇ ਜੋ ਕਿ ਬੜੇ ਕੈਂਸਰ ਦਾ ਸ਼ਿਕਾਰ ਹੋਏ ਹੋਏ ਨੇ ਹਾਂ ਤੁਹਾਨੂੰ ਲੱਗ ਮੈਂ ਜੋੜਾਂਗੇ ਕੀ ਆ ਇਹ ਕਿੱਥੋਂ ਆ ਇਹ ਤੱਲੇ ਹੀ ਰਹਿ ਗਿਆ ਬਾਈ ਇਹ ਮੈਨੂੰ ਲੱਗਦਾ ਵੱਢਣਾ ਹੀ ਪੈਣਾ ਵੱਢਣਾ ਪੈਣਾ ਇਹ ਕਿੱਥੋਂ ਜੜ ਜੂ ਕਮਜ਼ੋਰ ਆ ਵਾਲਾ ਇਹ ਤੱਲੇ ਹੀ ਰਹਿ ਗਿਆ ਬਾਈ ਥੱਲੇ ਲਾ ਗੱਲਾਂ ਮੈਂ ਕਹਿੰਦਾ ਇਹ ਤਾਂ ਨਾ ਪੂੰਛ ਲਾ ਕੇ ਛੱਜ ਬਣਾ ਦਿੰਦੇ ਇਹਨੂੰ ਵੱਡੀ ਪੂੰਛ ਲਾ ਕੇ ਸਮਝ ਨਹੀਂ ਆਉਂਦਾ ਹੈ ਕੀ ਆ ਇਹ ਕਿੱਧਰੋਂ ਜੋੜੀਏ ਕਿੱਧਰੋਂ ਨਾ ਜੋੜੀਏ ਆ ਹੀ ਨਹੀਂ ਪਤਾ ਕਿੱਧਰੋਂ ਆਏ ਹੋਣਾ ਕਿ ਆਉਣਾ ਇਹਨੂੰ ਰਹਿਣ ਦਿੰਦੇ ਆ ਫਿਰ ਇਹਨੂੰ ਛੱਜ ਬਣਾ ਦਾਂਗੇ ਉਰੋਂ ਵੱਢ ਕੇ ਨਾ ਵੱਡੀ ਪੂੰਛ ਲਾ ਦਾਂਗੇ ਓਏ ਦੇਖ ਆਹ ਵਾਲੀ ਪੂੰਛ ਜਿਹੜੀ ਆ ਛੱਜਾਂ ਤੇ ਨਹੀਂ ਲੱਗੀ ਹੋਈ ਆ ਵੱਡੀ ਪੂੰਛ ਬਜ਼ਾਰੋਂ ਪੇਪਰ ਲਿਆ ਕੇ ਚਿਪਕਾ ਦਾਂਗੇ ਕੱਲ੍ਹ ਜਦ ਉਡਾਵਾਂਗੇ ਜੀ ਅੱਛਾ 2024 ਲਿਖਿਆ ਹੋਇਆ ਸੀ ਇਹ ਵੀ ਬਈ ਫਿਰ ਨਵੇਂ ਸਾਲ ਤੇ ਡਾਵਾਂਗੇ ਆਪਾਂ ਨਹੀਂ ਮੈਂ ਖੜਾ ਕਰੀ ਇਹਨੂੰ ਸਿੱਧਾ ਖੜਾ ਕਰ ਮੈਂ ਬਈ ਪਤਾ ਕੀ ਸੋਚਿਆ ਵੀ ਆਹ ਚੀਜ਼ ਆਪਾਂ ਇਹ ਹਿੱਸਾ ਵੱਢ ਕੇ ਨਾ ਉਰੇ ਜਿਹੜੀ ਵੱਡੀ ਛੱਜ ਵਾਲੀ ਪੂੰਛ ਹੁੰਦੀ ਆ ਉਹ ਲਾ ਦਾਂਗੇ ਉਹ ਨਹੀਂ ਉਹ ਨਹੀਂ 5 ਫੁੱਟਾ ਕਰਦੇ ਯਾਰ ਕੋਈ ਨਹੀਂ ਨਹੀਂ ਹੈਗਾ 8 ਫੁੱਟਾ ਜਦ ਲਓ ਜੀ ਆਹ ਡਿਜ਼ਾਈਨ ਦੇਖ ਲਿਆ ਇਹ ਆਖਰੀ ਡਿਜ਼ਾਈਨ ਰਹਿ ਗਿਆ ਇਹ ਠੀਕ ਆ ਉਰੇ ਜੋੜ ਸਕਦੇ ਆ ਉਰੋਂ ਜੁੜ ਜੂ ਹਾਂ ਹਾਂ ਇਹ ਤਾਂ ਆਰਾਮ ਨਾਲ ਹੀ ਭੱਜਿਆ ਫਿਰ ਚਲੋ ਫਿਰ ਇਹਨੂੰ ਜੋੜ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਂਦੇ ਆ ਓਏ ਹੌਲੀ ਆਪਣਾ ਹੀ ਆ ਲਓ ਵੀਰੇ ਆਖਰੀ ਡਿਜ਼ਾਈਨ ਆ ਬਸ ਉਰੇ ਪਤੰਗ ਆਪਣੇ ਖਤਮ ਹੁੰਦੇ ਆ ਇਹ ਵੀ ਡਿਜ਼ਾਈਨ ਇਹ ਪਾਕਿਸਤਾਨੀ ਡਿਜ਼ਾਈਨ ਆ ਤੈਨੂੰ ਤਾਂ ਮੇਲੇ 'ਚ ਖੜਾ ਦੇਵੇ ਐਂ ਖੜਾ ਕਰਕੇ ਕੋਈ 10-20 ਰੁਪਏ ਦਾ ਧਰੀ ਜਾਊ ਲਓ ਜੀ ਆਹ ਹੋ ਗਏ ਆਪਣੇ ਡਿਜ਼ਾਈਨ ਕਲੈਕਸ਼ਨ ਸਾਰੀ ਵੱਡੇ ਪਤੰਗਾਂ ਦੀ 3 ਆ ਸੀਗੇ 1 ਉਹ ਸੀ ਕਾ ਸੀ 1 ਭਾੜਾ ਤਾ ਅਤੇ 3-4 ਆ ਪਏ ਨੇ ਕੱਲ੍ਹ ਦਾ ਵਲੋਗ ਇਹੋ ਜਿਹਾ ਆਉਣਾ ਇਹੋ ਜਿਹਾ ਘੈਂਟ ਆਉਣਾ ਸਾਰਿਆਂ ਨੂੰ ਬੁਲਾਵਾਂਗੇ ਅਤੇ ਇਹ ਵੱਡੇ ਵੱਡੇ ਪਤੰਗਾਂ ਨੂੰ ਅਤੇ ਇਹ ਵੱਡੇ ਵੱਡੇ ਪਤੰਗਾਂ ਨੂੰ ਪੂਰੇ ਮਾਹੌਲ 'ਚ ਜੇ ਸਾਰੇ ਉੱਡਦੇ ਹੋਣਗੇ ਤੁਹਾਨੂੰ ਵੀ ਦੇਖਣ ਦਾ ਉਦੋਂ ਹੀ ਨਜ਼ਰ ਆਊ ਹੈ ਨਾ ਗੁਰਸੇਵਕ ਦੇ ਘਰ ਜਾਵਾਂਗੇ ਉੱਥੇ ਜੋ ਸਾਰੇ ਉਡਾਉਂਦੇ ਹੋਣਗੇ ਉਹਨਾਂ ਦੇ ਨਾਲੇ ਰਿਐਕਸ਼ਨ ਬਈ ਨੈਕਸਟ ਲੈਵਲ ਹੀ ਹੋਣਗੇ ਕਿਉਂਕਿ ਐਡੇ ਵੱਡੇ ਵੱਡੇ ਪਤੰਗ ਉਡਾਵਾਂਗੇ ਤਾਂ ਮਜ਼ਾ ਤਾਂ ਓਬਵੀਅਸ ਆਉਣਾ ਹੀ ਆ ਤਾਂ ਸਾਡੇ ਚੈਨਲ ਨੂੰ ਮੋਸਟ ਸਬਸਕ੍ਰਾਈਬ ਕਰ ਦਿਓ ਕੱਲ੍ਹ ਦਾ ਵਲੌਗ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਲਾਈਕ ਵੀ ਕਰ ਦਿਓ ਅਤੇ ਆਪਾਂ ਮਿਲਦੇ ਹਾਂ ਹੁਣ ਕੱਲ੍ਹ ਦੇ ਵਲੌਗ 'ਚ